ਤਿੰਨ ਚਾਰ ਦਿਨਾਂ ਦੇ ਵਿੱਚੋਂ ਕਰੀ ਵਾਲਾ ਕਬੱਡੀ ਕੱਪ ਕਰਵਾਇਆ ਗਿਆ। ਬਹੁਤ ਵਧੀਆ ਟੂਰਨਾਮੈਂਟ ਸੀ, ਬਹੁਤ ਵਧੀਆ ਕੱਪ ਸੀਗਾ। ਪਲੀਜ਼ ਜੇ ਕੋਈ ਗਲਤ ਗੱਲ ਮੈਂ ਕਰਾਂ, ਪਲੀਜ਼ ਮੈਨੂੰ ਮੈਸੇਜ ਜ਼ਰੂਰ ਕਰ ਦਿਓ ਕਿ ਕੁਲਦੀਪ ਸਿੰਘ ਜੀ ਤੁਸੀਂ ਆਹ ਗੱਲ ਗਲਤ ਕਰੀਏ। ਮੈਂ ਸਿਰਫ ਹਾਂਜੀ ਪਿਛ ਕਬੱਡੀ ਕੱਪ ਕਰਵਾਇਆ ਗਿਆ ਆਪਣੇ ਪਿੰਡ ਵਿੱਚ, ਜਿੱਥੇ ਬਾਈ ਲੱਖੇ ਸਦਾਣੇ ਨੂੰ ਅਸੀਂ ਸੱਦਾ ਪੱਤਰ ਦਿੱਤਾ। ਬਾਈ ਜੀ ਦਾ ਮੋੜ ਮੰਡੀ ਪ੍ਰੋਗਰਾਮ ਚੱਲੀ ਜਾਂਦਾ ਸੀਗਾ, ਪ੍ਰੋਗਰਾਮ ਛੱਡ ਕੇ ਬਾਈ ਜੀ ਨੇ ਕਿਹਾ ਕਿ ਮੈਂ ਤੁਹਾਡੇ ਪਿੰਡ ਜ਼ਰੂਰ ਪਹੁੰਚਾਂਗਾ। ਉਹਨਾਂ ਆਪਦਾ ਪ੍ਰੋਗਰਾਮ ਛੱਡਿਆ, ਪ੍ਰੋਗਰਾਮ ਛੱਡ ਕੇ ਉਹ ਕਰੀ ਵਾਲੇ ਕਬੱਡੀ ਕੱਪ 'ਚ ਪਹੁੰਚੇ, ਜਿੱਥੇ ਬਾਈ ਜੀ ਨੇ ਬਹੁਤ ਚੰਗੀਆਂ ਗੱਲਾਂ ਕਰੀਆਂ। ਉਹਦਾ ਲਾਈਵ ਵੀਡੀਓ ਵੀ ਮੇਰੇ ਅਕਾਊਂਟ ਦੇ ਵਿੱਚ ਹੈ, ਤੁਸੀਂ ਵੇਖ ਸਕਦੇ ਹੋ ਲਾਈਵ ਵੀਡੀਓ ਚੱਲ ਉਹਦਾ। ਬਾਈ ਲੱਖਾ ਜੀ ਜਿੰਨਾ ਚਿਰ ਪੰਜਾਬੀ ਮਾਂ ਬੋਲੀ ਵਾਸਤੇ ਬੋਲੇ, ਉਹਦਾ ਲਾਈਵ ਵੀਡੀਓ ਮੇਰੇ ਅਕਾਊਂਟ ਦੇ ਵਿੱਚ ਹਜੇ ਵੀ ਚੱਲੀ ਜਾਂਦਾ ਜੀ। 40-45 ਮਿੰਟ 50 ਮਿੰਟ ਬਾਈ ਰੁਕੇ, ਕਿਉਂਕਿ ਬਾਈ ਜੀ ਜਿਹਨੂੰ ਹੋਰ ਵੀ ਕੋਈ ਕੰਮ ਸੀ। 50 ਮਿੰਟਾਂ ਤੋਂ ਲੈ ਕੇ ਘੰਟਾ ਲਗਭਗ ਇੱਕ ਘੰਟਾ ਬਾਈ ਜੀ ਸਾਡੇ ਪਿੰਡ ਕਰੀ ਵਾਲਾ ਕਬੱਡੀ ਗਰਾਊਂਡ ਦੇ ਵਿੱਚ ਰੁਕੇ। ਬਾਈ ਜੀ ਨੇ ਬਹੁਤ ਚੰਗੀਆਂ ਗੱਲਾਂ ਕਰੀਆਂ ਉਹਦੇ ਵਿੱਚ। ਬਾਈ ਜੀ ਬੋਲੇ 5-7 ਮਿੰਟ ਬਾਈ ਜੀ ਬੋਲੇ ਵੀ, ਤੁਸੀਂ ਉਹ ਸਾਰਾ ਵੀਡੀਓ ਸੁਣੋ। ਦੇਖੋ ਯਾਰ, ਕੋਈ ਬੰਦਾ ਆਪਣੀ ਪੰਜਾਬੀ ਮਾਂ ਬੋਲੀ ਵਾਸਤੇ ਲੜਾਈ ਲੜਦਾ ਹੈ ਯਾਰ, ਜਿਹੜਾ ਕੰਮ ਸਰਕਾਰਾਂ ਨੂੰ ਕਰਨਾ ਚਾਹੀਦਾ ਸੀਗਾ ਉਹ ਕੰਮ ਘਰੋਂ ਉੱਠ ਕੇ ਇੱਕ ਬੰਦੇ ਨੇ ਕੀਤਾ, ਲੱਖੇ ਸਦਾਣੇ ਨੇ ਕੰਮ ਕੀਤਾ, ਤੇ ਸਰਕਾਰ ਨੇ ਇਹ ਗੱਲ ਮੰਨੀ ਵੀ ਕਿ ਇਹ ਕੰਮ ਜਿਹੜਾ ਹੋਣਾ ਸੀ ਇਹ ਪਹਿਲਾਂ ਹੋਣਾ ਚਾਹੀਦਾ ਸੀ। ਬਹੁਤ ਜਿਹੜੀ ਮੁਹਿੰਮ ਚਲਾਈ ਲੱਖੇ ਬਾਈ ਨੇ, ਉਹਦੇ ਵਿੱਚ ਸਰਕਾਰ ਲੱਖੇ ਬਾਈ ਅੱਗੇ ਝੁਕੀ ਵੀ, ਤੇ ਉਹਨਾਂ ਦੀ ਤਾਰੀਫ ਵੀ ਹੋਈ ਕਿ ਤੁਸੀਂ ਬਹੁਤ ਚੰਗਾ ਕੰਮ ਕੀਤਾ ਹੈ ਯਾਰ। ਆਪਾਂ ਸਾਰੀਆਂ ਬੋਲੀਆਂ ਦਾ ਸਤਿਕਾਰ ਕਰਦੇ ਹਾਂ ਹਨਾ, ਆਪਣੀ ਕਿਸੇ ਭਾਸ਼ਾ ਨਾਲ ਕੋਈ ਉਹ ਨਹੀਂ ਹੈਗਾ। ਬਾਈ 45-50 ਮਿੰਟ ਉੱਥੇ ਕਰੀ ਵਾਲਾ ਰੁਕਿਆ। ਬਾਈ ਦੇ ਜਾਣ ਤੋਂ ਬਾਅਦ ਉੱਥੇ ਜੋ ਵੀ ਬਾਈ ਦੇ ਖਿਲਾਫ਼ ਪ੍ਰਚਾਰ ਹੋਇਆ, ਆਪਾਂ ਉਹ ਪ੍ਰਚਾਰ ਦੀ ਬਿਲਕੁਲ ਨਿੰਦਿਆ ਕਰਦੇ ਹਾਂ। ਐਵੇਂ ਦਾ ਪ੍ਰਚਾਰ ਨਹੀਂ ਸੀ ਹੋਣਾ ਚਾਹੀਦਾ, ਕਿਉਂਕਿ ਇੱਕ ਬੰਦਾ ਪੰਜਾਬੀਆਂ ਵਾਸਤੇ ਲੜਾਈ ਲੜਦਾ ਹੈ ਉਹਦੇ ਖਿਲਾਫ਼ ਯਾਰ ਆਪਾਂ ਪ੍ਰਚਾਰ ਕਰਨ ਡਏ ਹਾਂ, ਇਹ ਕੋਈ ਚੰਗੀ ਗੱਲ ਨਹੀਂ ਹੈਗੀ। ਬਾਕੀ ਗੱਲ ਰਾਜਨੀਤੀ ਦੀ ਯਾਰ, ਨੋਨ ਪੋਲੀਟੀਕਲ ਬੰਦਾ ਯਾਰ, ਤੁਸੀਂ ਕਹਿੰਦੇ ਹੋ ਰਾਜਨੀਤੀ ਕੀਤੀ, ਨੋਨ ਪੋਲੀਟੀਕਲ ਬੰਦਾ ਯਾਰ ਜਿਹਨੇ ਲੜਾਈ ਲੜੀ, ਕੋਈ ਰਾਜਨੀਤੀ ਵਾਲਾ ਦੇ ਲਾਗੇ ਤੱਕ ਵੀ ਨਹੀਂ ਬੰਦਾ ਜਿਹਨੇ ਪੰਜਾਬੀ ਮਾਂ ਬੋਲੀ ਵਾਸਤੇ ਲੜਾਈ ਲੜੀ ਯਾਰ। ਇੱਕ ਬੰਦਾ, ਇੱਕ ਚੰਗਾ ਬੰਦਾ, ਇੱਕ ਪਰਿਵਾਰ ਦਾ ਬੰਦਾ, ਮੁਖੀਆ ਬੰਦਾ, ਆਪਣਾ ਪਿਓ, ਦਾਦਾ, ਤਾਇਆ, ਚਾਚਾ, ਕੋਈ ਚੰਗਾ ਕੰਮ ਕਰਦਾ ਹੈ ਆਪਦੇ ਬੱਚਿਆਂ ਵਾਸਤੇ, ਚੰਗਾ ਕੰਮ ਕਰਦਾ ਹੈ ਯਾਰ, ਜ਼ਮੀਨ ਖਰੀਦਦਾ ਹੈ, 2 ਕਿੱਲੇ ਆਪਦੇ ਪਰਿਵਾਰ ਨੂੰ ਜ਼ਮੀਨ ਖਰੀਦ ਕੇ ਦਿੰਦਾ ਹੈ। ਆਪਾਂ ਨੇ ਯਾਰ ਬੜਾ ਬੰਦਾ ਚੰਗਾ ਸੀਗਾ, ਬਹੁਤ ਵਧੀਆ ਬੰਦੇ ਨੇ ਕੰਮ ਕੀਤਾ, ਸਾਰੇ ਜਾਣੇ ਆਪਾਂ ਉਸ ਬੰਦੇ ਦੀ ਸੋਭਾ ਕਰਦੇ ਹਾਂ ਯਾਰ। ਇਹ ਬੰਦੇ ਨੇ ਤੇ ਸਾਰੇ ਪੰਜਾਬੀਆਂ ਵਾਸਤੇ ਲੜਾਈ ਲੜੀ, ਕੋਈ ਲੱਖੇ ਨੇ ਆਪਦੇ ਵਾਸਤੇ ਥੋੜ੍ਹੀ ਲੜਾਈ ਲੜੀ ਹੈ, ਸਾਰੇ ਪੰਜਾਬੀਆਂ ਵਾਸਤੇ ਲੜਾਈ ਲੜੀ ਹੈ ਕੋਈ, ਇਹ ਤਾਂ ਹੈ ਨਹੀਂ ਗਾ। ਲੱਖੇ ਸਦਾਣੇ ਦੀ ਇਕੱਲੀ ਬੋਲੀ ਸੀਗੀ ਪੰਜਾਬੀ ਬੋਲੀ, ਲੱਖੇ ਨੇ ਇਕੱਲਾ ਆਪਦੇ ਵਾਸਤੇ ਲੜਾਈ ਲੜੀ ਹੈ। ਸੋ ਸਾਰੇ ਵੀਰ ਯਾਰ ਐਵੇਂ ਦੇ ਬੰਦੇ ਦੇ ਦਾ ਸਾਥ ਦਿਓ ਜਿਹੜਾ ਬੰਦਾ ਆਪਦੇ ਪੰਜਾਬੀ ਵਾਸਤੇ ਸੋਚਦਾ ਹੈ, ਆਪਣੀ ਪੰਜਾਬੀ ਕੌਮ ਵਾਸਤੇ ਸੋਚਦਾ ਹੈ। ਇਹੋ ਜਿਹੇ ਬੰਦੇ ਹੀਰੇ ਬੰਦੇ ਦਾ ਯਾਰ, ਇਹੋ ਜਿਹੇ ਹੀਰੇ ਬੰਦੇ ਦਾ ਸਾਥ ਦਿਓ। ਬਾਕੀ ਰਹੀ ਅਸਲੀਅਤ ਦੀ ਗੱਲ ਯਾਰ, ਕੋਈ ਵੀ ਬੰਦਾ ਪਾਪੂਲਰ ਬੰਦਾ ਸਿਕਿਉਰਿਟੀ ਆਪਦੀ ਨਾਲ ਲੈ ਕੇ ਚੱਲਦਾ, ਉਹ ਇਹ ਗੱਲ ਨਹੀਂ ਹੁੰਦੀ। ਕੋਈ MLA ਲਾ ਲਓ ਯਾਰ, MP ਲਾ ਲਓ, ਹੋਰ ਲਾ ਲਓ, ਉਹਦੇ ਨਾਲ ਉਹਦੀ ਬਿਲਕੁਲ ਉਹਦੇ ਨਾਲ ਉਹਦੀ ਸਿਕਿਉਰਿਟੀ ਹੁੰਦੀ ਹੈ।
ਇਹਦਾ ਮਤਲਬ ਇਹ ਥੋੜੀ ਕਿ ਅਸਲਾ ਲੈ ਕੇ ਬੰਦਾ ਇੰਜ ਅਸਲਾ ਲੈ ਕੇ ਇੰਜ ਆ ਗਿਆ, ਅਸਲਾ ਲੈ ਕੇ ਇੰਜ ਆ ਗਿਆ, ਬਿਲਕੁਲ ਗਲਤ ਗੱਲ ਏ। ਸੋ ਇਹੋ ਜਿਹੀਆਂ ਗੱਲਾਂ ਛੱਡ ਕੇ ਇਹੋ ਜਿਹੇ ਬੰਦੇ ਦਾ ਸਾਥ ਦਿਓ, ਲੱਖੇ ਸਦਾਣੇ ਵੀਰ ਦਾ ਸਾਥ ਦਿਓ, ਵੱਧ ਚੜ੍ਹ ਕੇ ਸਾਥ ਦਿਓ। ਬਹੁਤ ਚੰਗਾ ਬੰਦਾ ਹੈ, ਬਹੁਤ ਵਧੀਆ ਬੰਦਾ ਹੈ। ਜੇ ਕੋਈ ਮੇਰੇ ਤੋਂ ਕੋਈ ਗਲਤ ਬੋਲਿਆ ਗਿਆ ਹੋਇਆ ਹੈ ਤਾਂ ਪਲੀਜ਼ ਮੈਂ ਮਾਫ਼ੀ ਵੀ ਚਾਹੁੰਦਾ, ਮੈਨੂੰ ਇਸ ਗੱਲ ਦੀ ਮਾਫ਼ੀ ਵੀ ਦਿਆ ਜੇ। ਹਾਂਜੀ ਸਰ, ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ। ਦਾਰਾ ਸਿੰਘ ਜੀ, ਸਾਰੇ ਵੀਰ, ਸਾਰੇ ਤੁਸੀਂ ਵੇਖ ਰਹੇ ਹੋ, ਸ਼ੇਅਰ ਵੀ ਕਰਿਓ ਇਸ ਗੱਲ ਨੂੰ ਕਿ ਬਾਈ ਨੇ ਪੰਜਾਬੀਆਂ ਵਾਸਤੇ ਲੜਾਈ ਲੜੀ। ਯਾਰ ਕੋਈ ਇਹ ਨਹੀਂ ਗਾ ਕਿਸੇ ਦਾ ਜੀ ਕਰਦਾ, ਯਾਰ ਮੇਰਾ ਤੁਹਾਡਾ ਜੀ ਕਰਦਾ ਮਰਨ ਨੂੰ। ਭਗਤ ਸਿੰਘ ਉਹਨਾਂ ਨੇ ਦੇਸ਼ ਆਜ਼ਾਦ ਕਰਾਇਆ, ਰਾਜਗੁਰੂ ਸੁਖਦੇਵ ਉਹਨਾਂ ਨੇ ਦੇਸ਼ ਆਜ਼ਾਦ ਕਰਾਇਆ। ਯਾਰ ਉਹਨਾਂ ਇਕੱਲਾ ਤਾਂ ਨਹੀਂ ਸੀ ਭਾਰਤ ਦੇ ਵਿੱਚ ਰਹਿਣਾ, ਕੌਮ ਵਾਸਤੇ ਲੜੇ, ਦੇਸ਼ ਵਾਸਤੇ ਲੜੇ। ਜੇ ਲੱਖਾਂ ਸਦਾਣਾ ਅੱਜ ਪੰਜਾਬੀ ਮਾਂ ਬੋਲੀ ਵਾਸਤੇ ਲੜੀ ਜਾਂਦਾ ਤੇ ਲੱਖੇ ਦੀ ਇਕੱਲੇ ਦੀ ਪੰਜਾਬੀ ਮਾਂ ਬੋਲੀ ਨਹੀਂ ਗੀ, ਸਾਰਿਆਂ ਦੀ ਪੰਜਾਬੀ ਮਾਂ ਬੋਲੀ ਹੈ, ਸਾਰਿਆਂ ਵਾਸਤੇ ਲੜਿਆ। ਜੋ ਕੰਮ ਸਰਕਾਰ ਨੂੰ ਕਰਨਾ ਚਾਹੀਦਾ ਸੀ, ਨੋਨ ਪੋਲੀਟੀਕਲ ਬੰਦੇ ਨੇ ਘਰੋਂ ਉੱਠ ਕੇ ਇਹ ਕੰਮ ਕੀਤਾ। ਸੋ ਬਹੁਤ ਬਹੁਤ ਧੰਨਵਾਦ। ਜੇ ਚੰਗੀ ਗੱਲ ਲੱਗੀ ਹੋਏ ਤੇ ਵੀਰ ਕਮੈਂਟ ਜ਼ਰੂਰ ਕਰਿਓ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਸ਼ੇਅਰ ਵੀ ਕਰੋ।